at speed to the city street. We began to feel the fire. ਬਾਈ ਜੀ ਅੱਜ ਆਪਾਂ ਹੋ ਗਏ ਰੈਡੀ ਤੇ ਹਿਮਾਚਲ ਦਾ ਟੂਰ ਹੈ ਆਪਣਾ ਤੇ ਜਲੰਧਰ ਦੇ ਪਹੁੰਚੇ ਹੋਏ ਆ। ਹਾਂਜੀ ਬੱਲੀ ਟੂਰ ਬੱਲੀ ਜੀ ਮਨਾਲੀ ਜਾਵਾਂਗੇ ਮਨਾਲੀ ਜਾਵਾਂਗੇ ਪਾਸ ਜਾਵਾਂਗੇ ਆਪਣੇ ਵੀਰ ਵੀ ਆ ਪਿੱਛੇ ਬੈਠੇ ਸੁਸੂ ਹੀ ਜਾਣਾ ਵਾ ਸੁਸੂ ਸ਼ੀਸੂ ਹੁੰਦਾ ਸ਼ੀਸੂ ਹੁੰਦਾ ਵੀਰੇ ਕੀ ਹੁੰਦਾ ਵੀਰੇ ਸ਼ੀਸੂ 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 ਹੁੰਦਾ ਸ਼ੀਸੂ ਜਾਣਾ ਤੇ ਆਪਣਾ ਜਲੰਧਰ ਤੋਂ ਹੁਣ ਆਪਾਂ ਤੁਰ ਪਏ ਹੋਏ ਹਾਂ ਵੀਰੇ। ਨਾਲ ਨਾਲ ਤੁਹਾਨੂੰ ਅਪਡੇਟ ਕਰਾਂਗੇ ਕਿਹੜੀ ਕਿਹੜੀ ਲੋਕੇਸ਼ਨ 'ਤੇ ਜਾ ਰਹੇ ਹਾਂ ਅਤੇ ਆਪਣੇ ਬਾਈ ਜੀ ਨੇ ਬਾਕੀ ਸਾਰੇ ਨਾਲ ਆ ਇੰਜੋਏ ਫੁੱਲ ਇੰਜੋਏ ਆ ਅਤੇ ਨਾਲ ਆਪਣਾ ਠੀਕ ਹੈ ਮਨਾਲੀ ਦਾ ਸਫ਼ਰ ਹੈ। ਜਿੰਨਾ ਵੀ ਰਸਤੇ ਦੇ ਵਿੱਚ ਖਾਣ ਪੀਣ ਦਾ ਜੋ ਕੁਛ ਇੰਜੋਇਮੈਂਟ ਆ ਆਪਣੇ ਯਾਰਾਂ ਦੋਸਤਾਂ ਨਾਲ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ। ਠੀਕ ਹੈ ਸਰ ਜੀ ਠੀਕ ਹੈ ਕੀ ਕਹਿਣਾ ਚਾਹੋਗੇ ਮਿਲਦੇ ਆ ਅਤੇ ਆਪਣਾ ਚੈਨਲ ਵੀਰੇ ਕਰ ਦਿਓ ਸਬਸਕ੍ਰਾਈਬ ਅਤੇ ਲਾਈਕ ਕਰ ਦਿਓ ਵੀਰੇ ਬੋਲੋ ਕਰਨ ਦਾ ਬਿਲਕੁਲ ਲਿਓ। ਹਾਂਜੀ ਉਹ ਮੁੰਡੇ ਨੂੰ ਵੀ ਫੋਲੋ ਕਰ ਲਿਓ। ਜੀ ਆਪਣਾ ਰੋਡ ਪਾਉਂਦਾ ਹੋਇਆ ਥੋੜ੍ਹਾ ਜਿਹਾ ਰੋਡ ਖਰਾਬ ਆ ਬਾਕੀ ਸਾਰਾ ਠੀਕ ਆ। ਰੋਡ ਕਿਹੜਾ ਵਾ ਜੀ ਦੱਸਦੇ? ਇਹ ਰੋਡ ਹੈਗਾ ਸਿਰ ਤੋਂ ਅਨੰਦਪੁਰ ਸਾਹਿਬ ਨੂੰ ਜਾਂਦਾ ਨਾੜਾ ਜੀ ਨੇ ਰੋਕਤਾ ਵਾ ਚੱਲਦੀ ਆ ਜੀ ਆਰ ਸੇਵਾ ਵਾਲੇ ਬਾਬੇ ਬਣਾਉਂਦੇ ਆ ਗੁਰ ਸ਼ੰਕਰ ਤੋਂ ਪੰਜਾਬੀ ਆ ਤੇ ਸੇਵਾ ਦੇਣੀ ਚਾਹੀਦੀ ਆ। ਹੈਲੀਕਾਪਟਰ ਵੀ ਲੈ ਲਓ ਪਰ ਮੈਂ ਉਹ ਨੀ ਕਿਹਾ ਵੱਡਾ ਆਪਣੀ i20 ਬੱਲੀ ਜੀ ਹੁਣਾਂ ਨੇ ਲਈ ਗੱਡੀ ਤੇ ਗੱਡੀ ਬਾਰੇ ਵੀ ਰਿਵਿਊ ਦੇ ਦਿਓ ਭਾਜੀ। ਮੇਰੀਆਂ ਪੱਥਰੀਆਂ ਲੈ ਜਾ ਰਹੀਆਂ ਪੱਥਰੀ ਕਰ ਦਾਂਗੇ ਕਾਕੇ ਜਾ ਕੇ ਮੇਰੀ ਪੱਥਰੀ ਸੈੱਟ ਕਰ ਦਾਂਗੇ ਜੀ। ਆ ਲੋਕੇਸ਼ਨ ਆਪਣੀ ਆ ਗਈ ਹੋਈ ਆ ਤੇ ਪਹਾੜ ਵੀ ਦਿਖਣ ਡੇ ਪਏ ਨੇ ਪਹੁੰਚਣ ਲੱਗੇ ਆ ਬਸ ਗੁਰਦਾਸ ਸਾਹਿਬ ਦੇ ਕੋਲ ਬਿਲਕੁਲ ਕੋਲ ਆਏ ਹੋਏ ਪਏ ਆਪਾਂ
ਫ੍ਰੀ ਚੜ੍ਹਾਈ ਵੀ ਹੈਗੀ ਇੱਥੇ ਲੱਗ ਗਈ ਆ ਐਂਟਰੀ ਸਾਡੀ ਹੋ ਗਈ ਹਿਮਾਚਲ 'ਚ ਨਾਲੇ ਚੈਕਿੰਗ
ਹੈਗੀ ਆ, ਪੱਖੇ ਵੀ ਲੱਗੇ ਹੋਏ ਆ, ਲਾਈਟਾਂ ਲੱਗੀਆਂ ਸ਼ਾਨਦਾਰ, ਪੱਖੇ ਲੱਗੇ ਇੰਨੇ ਆ ਕਿੱਥੇ ਲੱਗੇ ਸੀਗੇ ਤੂੰ ਦੇਖੇ ਨੀ ਆ ਸਾਡਾ ਹੈਲੀਕਾਪਟਰ ਵੀ ਰੋਕਿਆ ਹੋਇਆ ਆ ਜਿੰਨਾ ਰਹਿ ਗਿਆ ਵੀਰੇ ਦੋ
ਕਿਲੋਮੀਟਰ ਜੇ ਆਪਣਾ ਪਿਆ ਹੋਇਆ ਸਫ਼ਰ ਘਰ ਤੋਂ ਪਏ ਹਾਂ ਦੇਖੋ ਬਾਕੀ ਲੋਕੇਸ਼ਨ ਸੈਂਡ ਕਰੋ ਬਿਮਾਰ ਦਾ ਵੀਊ ਦੱਸੋ ਗੱਡੀ ਦੀ ਕਿੰਨੀ ਆ ਲੈ ਵੀ 64 ਆ ਹਾਂ 74 ਹੋ ਗਈ ਹੁਣ ਹਾਂਜੀ ਆਹ ਦੇਖੋ ਹਰਿਆਲੀ ਚੈੱਕ ਕਰੋ ਆ ਤੇਰਾ
ਜਿਹੜੀ ਹੈਗੀ ਆ 12 ਟਨਲ 12 ਹੈਗੀ ਆ, ਇਹ ਹੈਗੀ ਆ ਆਪਣੇ ਕੁੱਲੂ ਦੇ ਲਾਗੇ, ਮੰਡੀ ਤੋਂ ਅੱਗੇ ਨਿਕਲ ਕੇ ਕਾਫੀ ਕੁੱਲੂ ਦੇ ਲਾਗੇ ਟਨਲ ਆਉਂਦੀ ਆ, ਕੁੱਲੂ ਨਹੀਂ ਪਹੁੰਚੀ ਅਜੇ, ਬਟ ਇਸ ਤੋਂ ਬਾਅਦ ਅਸੀਂ ਕੁੱਲੂ ਪਹੁੰਚਾਂਗੇ। ਟਨਲ ਇੱਕ ਲਗਭਗ ਘੱਟੋ ਘੱਟ ਨਹੀਂ ਤੇ ਹੋਣੀ ਆ 3-4 ਕਿਲੋਮੀਟਰ ਹੈਗੀ, ਹੈ ਨਾ, 3-4 ਕਿਲੋਮੀਟਰ ਹੈਗੀ ਆ। 2-3 ਟਨਲਾਂ ਪਿੱਛੇ ਛੱਡ ਆਏ ਆ ਤੇ ਕਾਫੀ ਸਾਰੀਆਂ ਇੱਦਾਂ ਹੀ ਆ, 3-4 ਕਿਲੋਮੀਟਰ ਹੈਗੀ ਆ ਇਹਨਾਂ ਦੀ। ਤੇ ਆ ਜਿੰਨੀ ਵੀ ਆ ਚੈੱਕ ਕਰੋ, ਬਾਹਰ ਗੂੰਜਦੀ ਬਹੁਤ ਆ, ਆਵਾਜ਼ ਬਹੁਤ ਗੂੰਜਦੀ ਆ। ਬਸ ਇੱਥੋਂ ਹੀ ਐਗਜ਼ਿਟ ਹੋਣਾ ਟਨਲ ਤੋਂ ਬਾਹਰ, ਚੈੱਕ ਕਰੋ। ਅਤੇ ਸਾਰਾ ਪ੍ਰਬੰਧ ਹੈਗਾ ਇੱਥੇ, ਐਮਰਜੈਂਸੀ ਕਾਲਿੰਗ ਵਗੈਰਾ ਦਾ, ਫਾਇਰ ਵਾਸਤੇ ਵੀ ਸਾਰਾ ਕੁਛ, ਪਾਈਪ ਵਗੈਰਾ ਲੱਗੇ ਹੋਏ ਆ, ਲਾਈਟਿੰਗ ਦਾ ਪੂਰਾ ਖਾਸ ਪ੍ਰਬੰਧ ਹੈਗਾ। ਅਤੇ ਥੋੜ੍ਹੀ ਦੇਖੋ ਟੋਪ 'ਤੇ ਹੈਗੇ ਪੂਰੇ ਉੱਪਰ, ਆਪਾਂ ਠੀਕ ਹੈ, ਰੋਡ ਵੀ ਵਧੀਆ, ਖੁਸ਼ਕ ਮੁਰੰਮਤ ਹੋ ਰਹੀ ਹੈ ਰੋਡ ਦੀ। ਅਤੇ ਥੋੜ੍ਹੀ ਸਾਰੀ ਬਾਕੀ ਅਸੀਂ ਹੈਗੇ ਉੱਪਰ, ਇਸ ਟਾਈਮ ਪਹਾੜਾਂ ਦੇ ਉੱਪਰ ਆ, ਬਾਬੇ ਰੋਡ ਐਂਡ ਬਣਾਏ ਆ ਪੂਰੇ ਐਂਡ, ਪਹਾੜਾਂ 'ਤੇ ਲੱਗਦਾ ਆਪਾਂ ਪਹਾੜਾਂ 'ਤੇ ਆਏ ਹੋਵਾਂਗੇ, ਇੱਦਾਂ ਲੱਗਦਾ ਜਿੱਦਾਂ ਪੰਜਾਬ 'ਚ ਹੀ ਰਹਿੰਦੇ ਹਾਂ। ਹੋਰ ਟਨਲ ਆ ਗਈ ਆ, ਦੇਖ ਲਓ ਟਨਲ ਨੰਬਰ 13 ਠੀਕ ਹੈ ਜੀ, ਟਨਲ ਨੰਬਰ 13 ਨੰਬਰ, ਹਰੇਕ ਟਨਲ ਜਿਹੜੀ ਆ ਹੈਗੀ ਆ ਕੁਛ 2-3 ਕਿਲੋਮੀਟਰ ਦੀ ਹੈਗੀ ਆ ਲੰਬਾਈ ਇਹਨਾਂ ਦੀ। ਹਾਂ ਲਾਈਟਿੰਗ ਵਧੀਆ ਆ, ਸਮੂਥ ਰੋਡ ਬਣਿਆ ਵਿੱਚ, ਕੋਈ ਆਵਾਜ਼ ਨਹੀਂ, ਕੋਈ ਭੂਤ ਨਹੀਂ, ਕੋਈ ਚੜੇ ਨਹੀਂ, ਹਾਂ ਕੋਈ ਕੁਛ ਨਹੀਂ ਹੈਗਾ। ਜਦੋਂ ਵਾਪਸੀ ਇੱਧਰ ਨਹੀਂ ਵੀ ਆ ਸਕਦੀ ਹੈ ਨਾ, ਸਿੰਗਲ ਹੀ ਆ ਯਾਰ, ਡਬਲ ਆ ਵੇਖ ਲਾ ਫਿਰ ਵੀ, ਟਨਲ ਚੈੱਕ ਕਰੋ ਵੇਖ ਲਓ, ਸਿੰਗਲ ਰੋਡ ਭਾਜੀ, ਸਿੰਗਲ ਵਾਸਤੇ ਬਣਾਈ ਹੈ, ਡਬਲ ਵਾਸਤੇ ਅਲੱਗ, ਉਹ ਅਲੱਗ ਹੈਗੀ ਆ ਟਨਲ। ਅਜੇ ਪਿੱਛੇ ਵੀ ਅਸੀਂ ਛੱਡ ਗਏ 2-3 ਟਨਲ, ਉਹ ਰੈਡੀ ਹੋ ਰਹੀਆਂ ਅਜੇ, ਮੁਰੰਮਤ ਚੱਲ ਰਹੀ ਆ ਉਹਨਾਂ ਦੀ। ਆਹ ਵੇਖਿਓ ਫਿਰ ਬਾਹਰ ਨਿਕਲ ਕੇ ਇੱਥੋਂ ਤੱਕ ਜਾਂਦੇ ਜਾਂਦੇ ਹੀ ਜੇ, ਲਾਈਟਾਂ ਹੀ ਨਹੀਂ ਅੱਗੇ ਚੱਲਦੀਆਂ, ਲਾਈਟਾਂ ਦਾ ਪ੍ਰਬੰਧ ਨਹੀਂ ਹੈ, ਕੁਛ ਪਤਾ ਚੱਲਦਾ ਪਿਆ ਇੱਥੇ ਰਿਪੇਅਰ ਦਾ ਕੰਮ। ਓ ਭਾਈ ਜੀ ਹੁਣ ਚੈੱਕ ਕਰੋ ਪੂਰੇ ਤਾਲੇ ਤਾਲੇ ਪਹਾੜ, ਹੋਏ
ਪਹੁੰਚ ਗਏ ਹੋਏ ਆ ਕੁੱਲੂ। ਤੇ ਕੁੱਲੂ ਦਾ ਵਿਊ ਚੈੱਕ ਕਰੋ ਵੀਰ ਜੀ, ਥੱਲੇ ਨਦੀ ਵਗ ਰਹੀ ਆ, ਆਵਾਜ਼ ਚੈੱਕ ਕਰੋ ਨਦੀ ਦੀ।